ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਹੋਰ ਵੀ ਹਾਈਟੈਕ ਕਰ ਦਿੱਤਾ ਗਿਆ। ਤਸਵੀਰਾਂ ਫਿਲੌਰ ਤੋਂ ਨੇ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਨਦਾਰ 410 ਗੱਡੀਆਂ ਨੂੰ ਹਰੀ ਝੰਡੀ ਵਿਖਾ ਕੇ ਪੰਜਾਬ ਪੁਲਿਸ ਦੇ ਬੇੜੇ 'ਚ ਸ਼ਾਮਿਲ ਕਰ ਦਿੱਤਾ। ਮਹਿਲਾਵਾਂ ਦੀ ਸੁਰੱਖਿਆ ਦੇ ਲਈ ਵੱਖਰੀਆਂ ਗੱਡੀਆਂ ਰੱਖੀਆਂ ਗਈਆਂ ਨੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਸਾਡੀ ਤਰਜੀਹ ਹੈ, ਇਸ ਲਈ ਅਸੀਂ ਵਚਨਬੱਧ ਹਾਂ। ਪੰਜਾਬ ਪੁਲਿਸ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ, ਇਸੇ ਲਈ 410 ਨਵੀਆਂ ਹਾਈਟੈਕ ਗੱਡੀਆਂ ਨੂੰ ਪੁਲਿਸ ਦੇ ਬੇੜੇ 'ਚ ਜੋੜ ਰਹੇ ਹਾਂ। ਜਿਸ ਵੇਲੇ DGP ਸਾਹਿਬ ਨੇ ਮੈਨੂੰ ਕਿਹਾ ਕਿ ਆਪਾਂ ਗੱਡੀਆਂ ਦੇਣੀਆਂ ਨੇ ਪੰਜਾਬ ਪੁਲਿਸ ਨੂੰ, 410 ਜਿਹ 'ਚ ECU ਹਾਈਲੈਂਡਰ ਵੀ ਨੇ, ਵੱਡੀਆਂ ਗੱਡੀਆਂ, ਸਕੋਰਪੀਓ ਵੀ ਨੇ। ਮੈਂ ਕਿਹਾ ਜੀ ਬਿਲਕੁਲ ਸਹੀ ਉਹਨਾਂ ਨੇ ਦੱਸਿਆ। ਮੈਂ ਕਿਹਾ ਜੀ ਇੱਕੋ ਸ਼ਰਤ ਹੈ, ਗੱਡੀ ਥੱਲਿਓਂ ਦੇਣੀ ਸ਼ੁਰੂ ਕਰਿਓ, ਉੱਪਰ ਨੂੰ ਫਿਰ ਜਾਵੇ, ਨਹੀਂ ਤਾਂ ਉੱਪਰੋਂ ਗੱਡੀ ਹੁੰਦੀ ਹੈ ਸ਼ੁਰੂ SSP ਲੈਵਲ ਤੋਂ, ਫਿਰ SP ਲੈਵਲ 'ਤੇ ਥੋੜ੍ਹੀ ਜਿਹੀ ਹੋਰ ਜਦੋਂ ਖਟੜਾ ਜੀ ਹੋ ਜਾਂਦੀ ਹੈ ਫਿਰ DSP ਕੋਲ ਆ ਜਾਂਦੀ ਹੈ, ਫਿਰ DSP ਆਪਦੇ ਜਵਾਕਾਂ ਨੂੰ ਘੁੰਮਣ ਘੁਮਾਉਣ 'ਤੇ ਰੱਖ ਲੈਂਦਾ, ਉਹਨੂੰ ਸਕੂਲ ਛੱਡਣ ਵਾਸਤੇ ਰੱਖ ਲੈਂਦਾ, ਫਿਰ ਆ ਕੇ ਥੱਲੇ ਜ SHO ਕੋਲ ਤਾਂ ਉਦੋਂ ਪਹੁੰਚਦੀ ਹੈ ਜਦੋਂ ਉਸ ਗੱਡੀ ਦਾ ਮੂਹਰਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ, ਪਿਛਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ, ਅਤੇ ਮਤਲਬ ਹੋ ਸਕਦਾ ਅਗਲੀ ਨੰਬਰ ਪਲੇਟ ਕੋਈ ਹੋਰ ਹੋਵੇ, ਪਿਛਲੀ ਕੋਈ ਹੋਰ ਹੋਵੇ, ਜਾਣਾ ਉਹਨੇ ਹੈ ਜਿਹੜੇ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਪਿੱਛੇ ਜਾਣਾ ਉਹਨੇ ਹੈ, ਵੀ ਕੋਈ ਇੱਥੇ ਸਮਗਲਰ ਆ ਗਏ ਜੀ ਉਹਨਾਂ ਦੇ ਪਿੱਛੇ ਗੱਡੀ ਪਹੁੰਚਾਉਣੀ ਹੈ, ਮਤਲਬ ਉਹਦੇ ਕੋਲ ਹੈ ਨਹੀਂ ਜੀ ਗੱਡੀ। ਸੋ ਮੈਂ ਇੱਕ ਸ਼ਰਤ ਰੱਖੀ, ਮੈਂ ਕਿਹਾ ਜੀ ਥੱਲੋਂ ਸ਼ੁਰੂ ਕਰਨਾ, ਨਵੀਆਂ ਗੱਡੀਆਂ ਇੱਕ ਵਾਰੀ ਨਵੀਆਂ ਗੱਡੀਆਂ SHO ਨੂੰ ਦੇ ਕੇ ਦੇਖੋ, ਨਾਲੇ ਤਾਂ ਉਹ ਸਾਫ਼ ਸਫਾਈ ਰੱਖਣਗੇ ਗੱਡੀ ਦੇ ਸਵੇਰੇ ਸਵੇਰੇ ਸਾਫ਼ ਕਰਕੇ ਐਨ, ਕੋਈ ਉਹਦੇ 'ਚ ਕੋਈ ਬੈਗ ਕੋਈ ਉਹ 'ਚ ਕੋਈ ਸਰਵਿਸ 'ਚ ਕੋਈ ਉਹ ਨਹੀਂ ਹੋਊਗੀ, ਕਿਉਂਕਿ ਉਹ ਆਪਣੀ ਗੱਡੀ ਸਮਝੂਗਾ ਕਿ ਮੈਨੂੰ ਮਿਲੀ ਹੋਈ ਗੱਡੀ ਹੈ, ਜੇ ਖਰਾਬ ਹੋਈ ਹੈ ਤਾਂ ਮੈਂ ਮੇਰਾ ਥਾਣਾ ਖਰਾਬ ਹੋ ਜੂਗਾ ਇਹਦੇ ਨਾਲ। ਸੋ ਇਸ ਕਰਕੇ ਅੱਜ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਕਿ ਅਸੀਂ 0 ਤੋਂ ਉੱਪਰ ਵੱਲ ਨੂੰ ਸ਼ੁਰੂ ਹੋ ਰਹੇ ਹਾਂ।